ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਂਟੀ ਯੂਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਾਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਉਸ ਤੋਂ ਇਲਾਵਾ ਲਾਈਕ ਜ਼ਰੂਰ ਕਰੋ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾਂ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਏਗਾ ਇਸ ਤੋਂ ਇਲਾਵਾ ਐਂਟੀ ਜੁਜੀਸੀ ਨੈਟ ਐਗਜ਼ਾਮ ਦਾ ਬੈਚ ਕੋਰਸ ਜਿਹੜਾ ਹੈ ਜੋ ਕਿ ਕੱਲ ਤੋਂ ਸਟਾਰਟ ਹੋਣ ਜਾ ਰਿਹਾ ਹੈ ਸੋ ਜਿੰਨਾ ਜਿੰਨਾਂ ਨੇ ਕੋਰਸ ਜਿਹੜਾ ਹੋਏਗਾ ਉਹ ਲੈਣਾ ਹੈ ਤੇ ਐਂਟਰੀ ਜੇਕਰ ਲੈਣੀ ਹੈ ਕੋਰਸ ਦੇ ਵਿੱਚ ਦੈਨ ਉਸ ਦੀ ਇੱਕ ਡਿਟੇਲ ਵੀਡੀਓਜ਼ ਵੀ ਅਪਲੋਡ ਕੀਤੀ ਹੋਈ ਹੈ ਜਾ ਕੇ ਤੁਸੀਂ ਉਸ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਤੁਸੀਂ ਕੋਰਸ ਦੇ ਵਿੱਚ ਐਂਟਰੀ ਲੈਣੀ ਹੈ ਬੈਚ ਕੋਰਸ ਦੇ ਵਿੱਚ ਕੀ ਕੀ ਤੁਹਾਨੂੰ ਦਿੱਤਾ ਜਾਏਗਾ ਕਿਸ ਤਰੀਕੇ ਨਾਲ ਸਟੱਡੀ ਕੀਤੀ ਜਾਏਗੀ ਸਟ੍ਰੈਟਜੀ ਕੀ ਹੋਏਗੀ ਸਾਡੀ ਸਟੱਡੀ ਦੀ ਸੋ ਇਹਨਾਂ ਸਾਰਿਆਂ ਦੇ ਬਾਰੇ ਅਗਰ ਤੁਸੀਂ ਜਾਣਕਾਰੀ ਲੈਣੀ ਹੈ ਤਦ ਤੁਸੀਂ ਵੀਡੀਓ ਲੇਕ ਸਕਦੇ ਹੋ ਤੇ ਵੀਡੀਓ ਦਾ ਜਿਹੜਾ ਲਿੰਕ ਹੋਏਗਾ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗੀ ਇਸ ਤੋਂ ਇਲਾਵਾ ਤੁਸੀਂ ਮੈਨੂੰ ਟੈਲੀਗ੍ਰam ਚੈਨਲ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ ਅਗਰ ਤੁਸੀਂ ਕੋਰਸ ਦੇ ਬਾਰੇ ਜਾਣਕਾਰੀ ਲੈਣੀ ਹੈ ਸੋ ਜਿੰਨਾ ਜਿੰਨਾ ਨੇ ਕੋਰਸ ਜੁਆਇਨ ਕਰਨਾ ਹੋਏਗਾ ਉਹਨਾਂ ਦੇ ਵਾਸਤੇ ਅੱਜ ਦਾ ਟਾਈਮ ਤੇ ਕੱਲ ਦਾ ਟਾਈਮ ਥੋੜਾ ਜਿਹਾ ਜਿਹੜਾ ਹੈ ਉਹ ਬਸ ਹੈ ਤੇ ਕੱਲ ਤੋਂ ਅਸੀਂ ਕਲਾਸਿਸ ਜਿਹੜੀਆਂ ਸਟਾਰਟ ਕਰਾਂਗੇ ਸੋ ਜਿੰਨਾ ਜਿੰਨਾ ਨੇ ਜੁਆਇਨ ਕਰਨਾ ਹੋਏਗਾ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਅਸੀਂ ਇਤਿਹਾਸ ਤੇ ਇਤਿਹਾਸਕਾਰੀ ਦੇ ਬਾਰੇ ਜਿਹੜਾ ਹੈ ਗਵਾ ਟੌਪਿਕ ਥੋੜਾ ਜਿਹਾ ਪੜਾਂਗੇ ਹੈਂਡ ਰਿਟਨ ਨੋਟਸ ਜਿਹੜੇ ਗਏ ਨੇ ਉਹਨਾਂ ਦੇ ਮਾਧਿਅਮ ਦੇ ਥਰੂ ਸੋ ਅੱਜ ਅਸੀਂ ਟੌਪਿਕ ਇਤਿਹਾਸ ਤੇ ਇਤਿਹਾਸਕਾਰੀ ਵਾਲਾ ਤੇ ਇਸ ਤੋਂ ਇਲਾਵਾ ਜਿਹੜਾ ਸਾਡੇ ਬਾਕੀ ਅੱਗੇ ਫਰਦਰ ਟੌਪਿਕ ਹੋਣਗੇ ਇਤਿਹਾਸਕਾਰੀ ਦੇ ਨਾਲ ਰਿਲੇਟਡ ਉਹ ਵੀ ਅਸੀਂ ਇੱਥੋਂ ਹੀ ਅੱਗੇ ਜਿਹੜਾ ਗਵਾ ਉਹ ਪੜਾਂਗੇ ਸੋ ਸਟਾਰਟ ਕਰਦੇ ਹਾਂ ਅੱਜ ਦਾ ਜਿਹੜਾ ਟੌਪਿਕ ਹੈ ਇਤਿਹਾਸਕਾਰੀ ਦੇ ਬਾਰੇ ਤੇ ਇਤਿਹਾਸ ਸਭ ਤੋਂ ਪਹਿਲਾਂ ਇਤਿਹਾਸ ਤੇ ਆਤਮ ਸੁਖ ਤੱਤ ਜਿਹੜੇ ਗਿਨੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਹੈ ਕਹਿੰਦੇ ਇਤਿਹਾਸ ਦੇ ਵਿੱਚ ਜਿਹੜੀ ਗਿਆ ਵਸਤੂ ਮੁਕਤਾ ਉੱਪਰ ਕਾਫੀ ਜ਼ੋਰ ਜਿਹੜਾ ਗਵਾ ਉਹ ਦਿੱਤਾ ਜਾਂਦਾ ਹੈ ਤਾ ਜੋ ਕੇਵਲ ਸੱਚ ਲਿਖਿਆ ਜਾਵੇ ਵਸਤੂ ਮੁਕਤਾ ਦਾ ਮਤਲਬ ਕੀ ਹੁੰਦਾ ਹੈ ਇਸ ਦੇ ਵਿੱਚ ਕਿ ਜੋ ਚੀਜ਼ ਜਿਸ ਤਰੀਕੇ ਦੇ ਨਾਲ ਹੈ ਉਹਨੂੰ ਉਸੇ ਤਰੀਕੇ ਦੇ ਨਾਲ ਹੀ ਪ੍ਰੈਜੈਂਟ ਕਰਨਾ ਨਾ ਕਿ ਉਹਨੂੰ ਤੋੜ ਮੜੋੜ ਕੇ ਆਪਣੇ ਥਰੂ ਕੁਝ ਵੀ ਤਰੀਕੇ ਦੇ ਨਾਲ ਉਸਨੂੰ ਪੇਸ਼ ਕਰਨਾ ਸੋ ਵਸਤੂ ਮੁਕਤਾ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਸੱਚ ਜਿਹੜਾ ਹੈ ਗਵਾ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਬਣਿਆ ਰਵੇ ਪਰ ਕੋਈ ਵੀ ਲਿਖਤ ਪਾਰਦਰਸ਼ੀ ਕਿੰਨੇ ਨਹੀਂ ਹੁੰਦੇ ਪਰ ਤਾਂ ਵੀ ਕੀ ਹੁੰਦਾ ਹੈ ਕੁਛ ਨਾ ਕੁਛ ਇਹੋ ਜਿਹਾ ਚੀਜ਼ ਹੋ ਹੀ ਜਾਂਦੀ ਹੈ ਜਿਸ ਦੇ ਵਿੱਚ ਜਿਹੜਾ ਲੇਖਕ ਹੈ ਉਹ ਗਲਤੀ ਕਰ ਹੀ ਦਿੰਦਾ ਹੈ ਜੋ ਚੀਜ਼ ਸੱਚ ਹੈ ਉਹ ਉਸੇ ਤਰੀਕੇ ਦੇ ਨਾਲ ਉਹ ਨਹੀਂ ਪ੍ਰੈਜੈਂਟ ਕਰ ਸਕਦਾ ਉਸ ਵਿੱਚ ਵਿਅਕਤੀ ਦੇ ਛੇਣੀ ਹਿੱਤ ਮਨੋਪਾਵ ਤੇ ਨਿੱਜੀ ਪੂਰਵਗ੍ਰਹਿ ਸ਼ਾਮਿਲ ਹੁੰਦੇ ਨੇ ਅਗਰ ਬਾਇ ਚਾਂਸ ਤੁਹਾਨੂੰ ਆਵੇ ਜਾਵੇ ਕਿ ਇਤਿਹਾਸ ਦੇ ਵਿੱਚ ਜਾਂ ਇਤਿਹਾਸਕਾਰੀ ਦੇ ਵਿੱਚ ਕਿੰਨਾ-ਕਿੰਨਾ ਚੀਜ਼ਾਂ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਘਤੋ ਵਸਤੂ ਮੁਕਤ ਆਇਂਦੀ ਹੈ ਤੇ ਨਾਲ ਦੇ ਨਾਲ ਇਸ ਦੇ ਵਿੱਚ ਜਿਹੜਾ ਗਵਾ ਵਿਅਕਤੀ ਦੇ ਸ਼੍ਰੇਣੀ ਹਿੱਤ ਨਾਲ ਦੇ ਨਾਲ ਉਸ ਤੇ ਮਨੁਪਾ ਨਿੱਜੀ ਜਿਹੜੇ ਗਨੇ ਪੂਰਵਾ ਗ੍ਰਹਿ ਜੋ ਵੀ ਹੈ ਉਹਨਾਂ ਦੇ ਬੈਕਗ੍ਰਾਉਂਡ ਦੇ ਵਿੱਚ ਕੀ ਕੀ ਵਾਪਰਿਆ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਪਰ ਜਿਹੜਾ ਇੱਕ ਵਿਅਕਤੀ ਹੁੰਦਾ ਹੈ ਨਾ ਉਹ ਸੁਤੰਤਰ ਰੂਪ ਦੇ ਵਿੱਚ ਕਦੀ ਵੀ ਕੁਝ ਵੀ ਨਹੀਂ ਲਿਖ ਸਕਦਾ ਮਤਲਬ ਕੀ ਹੁੰਦਾ ਉਸ ਦੇ ਉੱਪਰ ਕਿਸੇ ਨਾ ਕਿਸੇ ਚੀਜ਼ ਦਾ ਵਿਅਕਤੀ ਦਾ ਕਿਸੇ ਜਾਤੀ ਦਾ ਕਿਸੇ ਤਰਮ ਦਾ ਜਾਂ ਫਿਰ ਕਿਸੇ ਸੁਸਾਇਟੀ ਦਾ ਜ਼ੋਰ ਹਮੇਸ਼ਾ ਹੁੰਦਾ ਹੈਗਾ ਕੋਈ ਚੀਜ਼ ਉਸਦੇ ਉੱਤੇ ਦਬਾਅ ਜ਼ਰੂਰ ਪਾਉਂਦੀ ਹੈ ਜਿਸ ਦੇ ਕਾਰਨ ਉਹ ਵਸਤੂ ਮੁਕਤਾ ਦੇ ਉੱਪਰ ਜ਼ੋਰ ਨਹੀਂ ਦੇ ਸਕਦਾ ਜੇਕਰ ਉਹ ਸੱਚ ਨੂੰ ਸੱਚ ਦੇ ਥਰੂ ਇੱਕ ਦੱਸੇਗਾ ਤਾਂ ਉਸ ਨੂੰ ਆਪਣੇ ਆਪ ਨੂੰ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਤਰਾ ਜ਼ਰੂਰ ਹੋਏਗਾ ਇਸ ਤੋਂ ਲਮਾਉਨ ਨੇ ਕਿਹਾ ਹੈ ਆਰਨਰ ਜਿਹੜੇ ਗਨੇ ਟਾਈ ਨਭੀ ਉਹਨਾਂ ਨੇ ਕਿਹਾ ਸੀ ਕਿ ਗਿਆਨ ਦੀ ਹਰ ਜਿਹੜੀ ਸ਼ਾਖ ਹੈ ਉਹ ਆਤਮਗਤ ਪੱਖ ਦੇ ਨਾਲ ਜੁੜੀ ਹੁੰਦੀ ਹੈ ਮਤਲਬ ਵਿਅਕਤੀ ਦੇ ਅੰਦਰੂਨੀ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਉਹ ਜੁੜੀ ਹੁੰਦੀ ਹੈ ਵਿਧੀਮੂਲਕ ਇਹ ਅਸੰਭਵ ਹੈ ਕਿ ਕਿਸੇ ਲਿਖਤ ਵਿੱਚੋਂ ਨਿਰਿਖੇਕ ਦਾ ਦ੍ਰਿਸ਼ਟੀਕੋਣ ਨਾ ਚਲਕੇ ਮਤਲਬ ਕਿ ਗਵਾ ਵਿਧੀਮੂਲਕ ਦੀ ਗੱਲ ਕੀਤੀ ਗਈ ਹੈ ਗਵਾ ਕਿ ਇਹ ਅਸੰਭਵ ਹੁੰਦਾ ਹੈ ਕੀ ਇੱਕ ਜਿਹੜਾ ਪਰਸਨ ਹੈਗਾ ਇਹ ਜਾਂ ਫਿਰ ਜਿਹੜਾ ਇੱਕ ਨਰੀਖਕ ਹੈ ਗਵਾ ਜਿਹੜਾ ਨਿਰਖ ਕਰਦਾ ਹੈ ਗਵਾ ਕਿਸੇ ਚੀਜ਼ ਨੂੰ ਪਰਖਦਾ ਹੈ ਗਵਾ ਉਸ ਦਾ ਦ੍ਰਿਸ਼ਟੀਕੋਣ ਨਾ ਚਲ ਕੇ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਕੁਝ ਚੀਜ਼ ਲਿਖੀ ਹੈ ਉਸ ਦੇ ਉੱਤੇ ਕੋਈ ਵਿਅਕਤੀ ਜਿਹੜਾ ਹੈ ਗਵਾ ਉਸ ਨੂੰ ਅਗਰ ਇੱਕ ਦੇਖਦਾ ਪਿਆ ਹੈ ਜਾਂ ਉਸ ਦੀ ਇੱਕ ਅ ਜਿਵੇਂ ਉਹਨੂੰ ਪਰਖਦਾ ਪਿਆ ਹੈ ਕਵਾ ਤੋ ਉਸ ਦਾ ਆਪਣਾ ਦ੍ਰਿਸ਼ਟੀਕੋਣ ਜ਼ਰੂਰ ਚਲਕੇਗਾ ਕਿ ਇਹ ਇਸਨੇ ਨੂੰ ਇਸ ਤਰੀਕੇ ਦੇ ਨਾਲ ਨਹੀਂ ਲਿਖਿਆ ਹੋਇਆ ਦਰਿਹਦਾ ਦੇ ਮੁਤਾਬਕ ਕੋਈ ਲਿਖਤ ਜ਼ੀਰੋ ਡਿਗਰੀ ਨਹੀਂ ਹੋ ਸਕਦੀ ਮਤਲਬ ਉਸ ਦੇ ਵਿੱਚ ਲੇਖਕ ਦੀ ਛਾਪ ਜ਼ਰੂਰ ਹੁੰਦੀ ਹੈ ਲੇਖਕ ਦਾ ਆਪਣਾ ਇੱਕ ਪਰਸਨਲੀ ਕੁਝ ਨਾ ਕੁਝ ਐਡ ਜ਼ਰੂਰ ਹੁੰਦਾ ਹੈ ਵਸਤੂ ਮੁਕਤ ਜੜੀ ਹੁੰਦੀ ਹੈ ਉਹ ਕਦੀ ਵੀ ਇੱਕ ਖੁੱਲੇ ਤਰੀਕੇ ਨਾਲ ਉਹ ਪ੍ਰੈਜ਼েন্ট ਨਹੀਂ ਕਰ ਸਕਦਾ ਕੁਛ ਨਾ ਕੁਛ ਵਿਅਕਤੀ ਦਾ ਜਿਹੜਾ ਹੁੰਦਾ ਹੈ ਆਪਣਾ ਇਕੀ ਗਮਾ ਉਸ ਦੇ ਵਿੱਚ ਜ਼ਰੂਰ ਰਲਿਆ ਹੁੰਦਾ ਹੈ ਨੈਕਸਟ ਅਗਰ ਇਸ ਦੇ ਵਿੱਚ ਦੱਸਿਆ ਹੋਇਆ ਵਾ ਇਤਿਹਾਸ ਦੇ ਇਤਿਹਾਸ ਕਰੇ ਦੇ ਵਿੱਚ ਗਿਆਨ ਦੀ ਸਪੇਕਤਾ ਇਹ ਜਿ ਸਿਧਾਂਤ ਜਿਹੜਾ ਸਾਨੂੰ ਦਿੱਤਾ ਸੀ ਅਲਬਰਟ ਆਇਨਸਟਾਈਨ ਨੇ ਤੇ ਐਨੇ ਸਪਸ਼ਟ ਕਰ ਦਿੱਤਾ ਸੀ ਇਸ ਦੇ ਬਾਰੇ ਕਿ ਸ੍ਰਿਸ਼ਟੀ ਦਾ ਜਿੰਨਾ ਵੀ ਵਰਤਾਰਾ ਹੈਗਾ ਵਕਾਲ ਹੈ ਸਥਾਨ ਹੈ ਇਸ ਦੇ ਬਾਰੇ ਕਈ ਟਿੱਪਣੀਆਂ ਜਿਹੜੀਆਂ ਹੁੰਦੀਆਂ ਨੇ ਉਹਨੇ ਕੀ ਕਿਹਾ ਸੀ ਸਪੇਕਿਕ ਹੁੰਦੀਆਂ ਨੇ ਇਨਾਂ ਨੂੰ ਸਮਝਣ ਵਾਸਤੇ ਕਹਿੰਦੇ ਸਾਨੂੰ ਸਭ ਤੋਂ ਪਹਿਲੇ ਸਮਝਣਾ ਪਵੇਗਾ ਕਿ ਲੇਖਕ ਇਨਾਂ ਬਾਰੇ ਜੋ ਟਿੱਪਣੀਆਂ ਜਾਂ ਗੱਲ ਕਰ ਰਿਹਾ ਹੈ ਉਹ ਕਿਸ ਅਵਸਥਾ ਦੇ ਵਿੱਚ ਹੈਗਾ ਚੱਲ ਹੈ ਜਾਂ ਅਚਲ ਹੈਗਾ ਮਤਲਬ ਕੀ ਗਵਾ ਕਿ ਗਿਆਨ ਦੀ ਸਖੇਪਤਾ ਦੇ ਬਾਰੇ ਸਪੇਕਤਾ ਦੇ ਬਾਰੇ ਜੋ ਸਾਨੂੰ ਸਿਧਾਂਤ ਸੀ ਉਹ ਅਲਬਰਟ ਆਇਨਸਟਾਈਨ ਜਿਹੜਾ ਸੀ ਉਹਨੇ ਇਸ ਦੇ ਬਾਰੇ ਥੋੜੀ ਜਿਹੀ ਕਲੈਰੀਫਿਕੇਸ਼ਨ ਦਿੱਤੀ ਸੀ ਤੇ ਉਹਨੇ ਕਿਹਾ ਸੀ ਕਿ ਜਦੋਂ ਕੋਈ ਲੇਖਕ ਕਿਸੇ ਵਰਤਾਰੇ ਬਾਰੇ ਕਿਸੇ ਕਾਲ ਦੇ ਬਾਰੇ ਜਾਂ ਕਿਸੇ ਸਥਾਨ ਦੇ ਬਾਰੇ ਕੁਝ ਟਿੱਪਣੀਆਂ ਜਾਂ ਕੁਝ ਗੱਲਾਂ ਦੱਸਦਾ ਹੈ ਗਵਾ ਸਾਨੂੰ ਇਹ ਦੇਖਣਾ ਪੈਂਦਾ ਗਵਾ ਉਹ ਕਿਹੜੀ ਸਥਿਤੀ ਦੇ ਵਿੱਚ ਰਹਿ ਕੇ ਇਹਨਾਂ ਚੀਜ਼ਾਂ ਨੂੰ ਬੋਲ ਰਿਹਾ ਹੈ ਦੱਸ ਰਿਹਾ ਹੈ ਸਾਰੇ ਕਹਿੰਦੇ ਇਤਿਹਾਸਕਾਰ ਵਕਤ ਦੇ ਨਾਲ ਬੱਝੇ ਹੁੰਦੇ ਨੇ ਹੁਣ ਫੋਰ ਐਗਜ਼ਾਮਪਲ ਕੋਈ ਇਤਿਹਾਸਕਾਰ ਹੈ ਗਵਾ ਜਾਂ ਕੋਈ ਲੇਖਕ ਹੈ ਜਿਹੜਾ ਇਤਿਹਾਸਕਾਰੀ ਕਰਦਾ ਪਿਆ ਹੈ ਗਵਾ ਉਨੇ ਕੋਈ ਗੱਲ ਲਿਖੀ ਇਤਿਹਾਸਿਕ ਤੌਰ ਤੇ ਮਤਲਬ ਕੁਝ ਵੀ ਉਹ ਜਿਓ ਨੇ ਇਤਿਹਾਸਕਾਰੀ ਦੇ ਵਿੱਚ ਗੱਲ ਲਿਖੀ ਗਈ ਹੈ ਤੇ ਜੇਕਰ ਅਸੀਂ ਉਹਨਾਂ ਚੀਜ਼ਾਂ ਦੇ ਬਾਰੇ ਪੜਦੇ ਪਏ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਨੇ ਉਹਨੇ ਕਿਸ ਵੇਦ ਵਿੱਚ ਕਿਹੜੀ ਚੀਜ਼ ਦੇ ਥਰੂ ਉਹਨੇ ਗੱਲ ਕਹੀ ਹੈ ਮਤਲਬ ਕਿ ਸਾਰੇ ਇਤਿਹਾਸਕਾਰ ਕਿੰਨੇ ਵਕਤ ਦੇ ਨਾਲ ਬੱਚੇ ਹੁੰਦੇ ਨੇ ਸੰਤ ਅਗਸਤਿਨ ਜਿਹੜੇ ਗਸੀਂ ਉਹਨਾਂ ਨੇ ਰੋਮ ਦਾ ਇਤਿਹਾਸ ਮੁੜਲੇ ਇਸਾਈ ਵਜੋਂ ਤੇ 8 ਲੇ ਮੈਟੋ ਸਟਾਰਮੀ ਸਦੀਵਾ ਚ ਉਹਨਾਂ ਨੇ ਜਿਹੜੇ ਲਿਖੇ ਸੀ ਗਿਬਨ ਜਿਹੜੇ ਸੀ ਉਹ 18ਵੀਂ ਸਦੀ ਦੇ ਇਤਿਹਾਸਕਾਰ ਸੀ ਇਹ ਸਾਰੇ ਇਸ ਟਾਈਮ ਦੇ ਇਤਿਹਾਸਕਾਰ ਸੀ ਉਹਨਾਂ ਨੇ ਕੀ ਕਹਿ ਸੀ ਉਸ ਸਮੇਂ ਨੂੰ ਪ੍ਰੈਜੈਂਟ ਕੀਤਾ ਸੀ ਜੋ ਉਹਨਾਂ ਦੇ ਬਾਰੇ ਉਸ ਸਮੇਂ ਹੋ ਰਿਹਾ ਸੀ ਉਹਨਾਂ ਨੇ ਸਾਰਾ ਕੁਝ ਲਿਖਿਆ ਉਹਨਾਂ ਨੇ ਦੇਖਿਆ ਉਹਨਾਂ ਨੇ ਸਾਨੂੰ ਕਿਤਾਬਾਂ ਦੇ ਵਿੱਚ ਦੇਖਿਆ ਮਤਲਬ ਕੀ ਗੱਲ ਸੀ ਕਿ ਉਹ ਉਸ ਵਕਤ ਦੇ ਨਾਲ ਬੱਜੇ ਹੋਏ ਸੀ ਤੇ ਸਾਨੂੰ ਇਹ ਦੇਖਣਾ ਪੈਂਦਾ ਹੈ ਜਦੋਂ ਅਸੀਂ ਕਿਸੇ ਦੇ ਬਾਰੇ ਪੜ੍ਹਦੇ ਹਾਂ ਤਾਂ ਉਹ ਵਿਅਕਤੀ ਜਿਹੜਾ ਹੈਗਾ ਅਸੀਂ ਕਿਸ ਟਾਈਮ ਦੇ ਨਾਲ ਪੱਜਾ ਹੋਇਆ ਸੀ ਕਿਸ ਤਰੀਕੇ ਨਾਲ ਉਹ ਗੱਲ ਕਰਦਾ ਪਿਆ ਸੀ ਸੋ ਕਹਿੰਦੇ ਕਿ ਕਾਰ ਲਿਖਦੇ ਨੇ ਕਿ ਇਤਿਹਾਸ ਭੂਤ ਤੇ ਵਰਤਮਾਨ ਦੇ ਵਿਚਕਾਰ ਚਲਦੇ ਰਹਿਣ ਦੇ ਵਾਲਾ ਇੱਕ ਕੀ ਹੁੰਦਾ ਵਾ ਸੰਵਾਦ ਹੁੰਦਾ ਹੈ ਸਾਰੀਆਂ ਜਿਹੜੀਆਂ ਸਾਡੀਆਂ ਤਤਕਾਲੀਨ ਜ਼ਰੂਰਤਾਂ ਤੇ ਪਰਿਸਥਿਤੀਆਂ ਲਈ ਇਹ ਕੀ ਹੁੰਦਾ ਵਾ ਜ਼ਰੂਰ ਹੁੰਦਾ ਜ਼ਰੂਰੀ ਹੁੰਦਾ ਮਤਲਬ ਕਿ ਜਿਹੜਾ ਇੱਕ ਇਤਿਹਾਸ ਹੁੰਦਾ ਸਾਡੇ ਪੂਤ ਦੇ ਵਿੱਚ ਤੇ ਸਾਡੇ ਵਰਤਮਾਨ ਦੇ ਵਿੱਚ ਇੱਕ ਕੀ ਕਹਿਿਆ ਗਿਆ ਵਾ ਇੱਕ ਕੜੀ ਹੁੰਦੀ ਹੈ ਠੀਕ ਹੈ ਅੱਗੇ ਆਇੰਦਾ ਗਵ ਸੜ ਕੋਈ ਇਤਿਹਾਸ ਦੇ ਵਿੱਚ ਵਿਸ਼ਲੇਸ਼ਣ ਤੇ ਵਰਗੀਕਰਨ ਦੇ ਬਾਰੇ ਦੱਸਿਆ ਗਵਾ ਜਦੋਂ ਅਸੀਂ ਇਤਿਹਾਸਕਾਰੀ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇਤਿਹਾਸ ਤੇ ਵਿਸ਼ਲੇਸ਼ਣ ਤੇ ਵਰਗੀਕਰਨ ਦੇ ਬਾਰੇ ਦੱਸਿਆ ਗਵਾ ਕਿ ਮਨੁੱਖੀ ਮਨ ਜਿਹੜਾ ਗਵਾ ਉਹ ਵਿਸ਼ਲੇਸ਼ਣ ਅਤੇ ਵਰਗੀਕਰਨ ਦੁਆਰਾ ਕੰਮ ਕਰਦਾ ਗਵਾ ਜਿਹੜਾ ਸਾਡਾ ਮਨ ਹੈ ਇਹਨਾਂ ਦੋਨਾਂ ਚੀਜ਼ਾਂ ਦੇ ਥਰੂ ਜਿਹੜਾ ਗਵਾ ਉਹ ਕੰਮ ਕਰਦਾ ਗਵਾ ਇਹ ਕੀ ਕਰਦਾ ਹੈ ਜਿਆ ਥਾਰਥ ਨੂੰ ਵਿਸ਼ੇ ਤੇ ਉਦੇਸ਼ ਦੇ ਵਿੱਚ ਤੋੜਦਾ ਹੈ ਤੇ ਫਿਰ ਅਗੋਂ ਇਹਨੂੰ ਹੋਰ ਜਿਹੜੀਆਂ ਗੇਵਾਂ ਟੁਕੜੀਆਂ ਦੇ ਵਿੱਚ ਜਿਹੜਾ ਗਵਾ ਆ ਅੱਗੇ ਹੋਰ ਇਹਨਾਂ ਨੂੰ ਪਾਰਟਸ ਦੇ ਵਿੱਚ ਕੀ ਗਵਾ ਡਿਵਾਈਡ ਕਰਦਾ ਗਵਾ ਇਸ ਤੋਂ ਬਾਅਦ ਹੀ ਸਾਡੀ ਜਿਹੜੀ ਇਹ ਥਾਰਤ ਉੱਪਰ ਪੱਕੜ ਬੰਦੀ ਆ ਹੁਣ ਇੱਥੇ ਐਗਜ਼ਾਮਪਲ ਦੱਸਾਂ ਬਹੁਤ ਸਾਰੇ ਤਰ੍ਹਾਂ ਕੋਈ ਇੱਕ ਇਤਿਹਾਸ ਤੁਹਾਡੇ ਸਾਹਮਣੇ ਪਿਆ ਹੈ ਉਸ ਦੇ ਵਿੱਚ ਇੱਕ ਛੋਟੀ ਜੀ ਚੀਜ਼ ਤੁਸੀਂ ਲੱਭਣੀ ਆ ਕੀ ਕਰੋਗੇ ਸਭ ਤੋਂ ਪਹਿਲਾਂ ਨੂੰ ਡਿਵਾਈਡ ਕਰੋਗੇ ਡਿਵਾਈਡ ਤੋਂ ਵੀ ਹੋਰ ਉਹਨੂੰ ਅੱਗੋਂ ਡਿਵਾਈਡ ਕਰੋਗੇ ਫਿਰ ਹੀ ਕਿਹੜੀ ਹੈ ਤੁਹਾਨੂੰ ਹਰ ਇੱਕ ਚੀਜ਼ ਇੱਕ ਕਲੀਅਰ ਹੁੰਦੀ ਦਿਖੇਗੀ ਕਿਹੜੀ ਚੀਜ਼ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣੀ ਹੈ ਕਿਹੜੀ ਨਹੀਂ ਦੇਖਣੀ ਤੇ ਸਾਡੀ ਯਥਾਰਥ ਦੇ ਉੱਤੇ ਜਿਹੜੀ ਪਕੜ ਹੈ ਉਹ ਇਸ ਤਰੀਕੇ ਦੇ ਨਾਲ ਮਜ਼ਬੂਤੀ ਦੇ ਨਾਲ ਬਣੇਗੀ ਮਨੁੱਖੀ ਵਰਤਾਰਾ ਵਰਗੀਕਰਨ ਦੀ ਦਿਸ਼ਾ ਵਿੱਚ ਲੈ ਫੈਸਲੇ ਉੱਪਰ ਨਿਰਭਰ ਕਰਦਾ ਵਰਗੀਕਰਨ ਕਰਦਾ ਹੈ ਇੱਕ ਇਕੱਠੀਆਂ ਚੀਜ਼ਾਂ ਪਈਆਂ ਔਰ ਵਿੱਚੋਂ ਹੱਥ ਪਾ ਕੇ ਤੁਸੀਂ ਇੱਕ ਚੀਜ਼ ਕਲਕੜੋਗੇ ਹਮੇਸ਼ਾ ਗਲਤ ਹੀ ਨਿਕਲੇਗੀ ਉਨੂੰ ਤੁਸੀਂ ਸੈਪਰੇਟ ਕਰਕੇ ਉਹਨੂੰ ਇੱਕ ਸਲੀਕੇ ਦੇ ਵਿੱਚ ਬੰਨ ਕੇ ਵਰਗੀਕਰਨ ਕਰਕੇ ਫਿਰ ਹੀ ਤੁਸੀਂ ਹਰ ਇੱਕ ਚੀਜ਼ ਸਹੀ ਤਰੀਕੇ ਦੇ ਨਾਲ ਸਾਹਮਣੇ ਲੈ ਕੇ ਆ ਸਕਦੇ ਹੋ ਸੋ ਇਹ ਕਹਿੰਦੇ ਸਾਡਾ ਜਿਹੜਾ ਵਰਤਾਰਾ ਇਹਨਾਂ ਵਰਗੀਕਰਨ ਦੇ ਵਿੱਚ ਚੱਲਦਾ ਹਨੂ ਇੱਕ ਇਕੱਠੀਆਂ ਚੀਜ਼ਾਂ ਮਿਲ ਜਾਂਦੀਆਂ ਅਸੀਂ ਉਹਨੂੰ ਪਹਿਲਾਂ ਅਲੱਗ-ਅਲੱਗ ਕਰਦੇ ਗਿਆ ਫਿਰ ਉਹਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਗਵਾ ਪੇਸ਼ ਕਰਦੇ ਗਿਆ ਇਤਿਹਾਸਕਾਰ ਦੀ ਕਾਰਜਵਿਧੀ ਦੇ ਬਾਰੇ ਚਾਰ ਉਹਨਾਂ ਨੇ ਪਹਿਲੂ ਦੱਸੇ ਨੇ ਕਹਿੰਦੇ ਸਭ ਤੋਂ ਪਹਿਲੋ ਕੀ ਕਰਦਾ ਹੈਗਾ ਵਾ ਉਹ ਜਿਹੜੇ ਪ੍ਰਾਪਤ ਤੱਥ ਹੁੰਦੇ ਨੇ ਉਹਨਾਂ ਦੀ ਖੋਜ ਪੜਤਾਲ ਉਹ ਕਰਦਾ ਸਭ ਤੋਂ ਪਹਿਲੋ ਇਹ ਦੇਖਦਾ ਹੈਗਾ ਵਾ ਕਿ ਜਿਹੜੇ ਸਾਡੇ ਕੋਲ ਤੱਥ ਮਿਲੇ ਨੇ ਜੋ ਸਾਨੂੰ ਚੀਜ਼ਾਂ ਮਿਲੀਆਂ ਨੇ ਉਹ ਸਹੀ ਹਨ ਖੋਜ ਪੜਤਾਲ ਉਸ ਦੀ ਕਰਦਾ ਹੈ ਕਿੱਥੋਂ ਕਿਹੜੀ ਚੀਜ਼ ਮਿਲੀ ਹੈ ਇਹ ਸਹੀ ਮਿਲੀ ਹੈ ਜਾਂ ਗਲਤ ਮਿਲੀ ਗਿਆ ਫਿਰ ਵਿਆਖਿਆ ਕਰ ਜਿਹੜੇਗੇ ਨੇ ਇਹਦੇ ਵਿੱਚ ਧਾਰਨਾ ਉਹ ਬਣਾਉਂਦੇਗੇ ਫਿਰ ਹਰ ਇੱਕ ਦੀ ਇੱਕ ਵਿਆਖਿਆ ਕਰਦਾ ਹੈਗਾ ਮਤਲਬ ਜੀ ਮੈਂ ਆਪਣੇ ਸਲੀਕੇ ਦੇ ਨਾਲ ਉਹ ਆਪਣੇ ਨੂੰ ਦਿਲਾਸਾ ਦੇਣ ਵਾਸਤੇ ਇੱਕ ਵਿਆਖਿਆ ਕਰਦਾ ਹੈ ਨਾ ਕਿ ਇਹ ਚੀਜ਼ ਇਸ ਤਰੀਕੇ ਨਾਲ ਇਸ ਚੀਜ਼ ਇਸ ਤਰੀਕੇ ਦੇ ਨਾਲ ਉਤਾਰਨਾ ਫਿਰ ਉਹਨਾਂ ਦੀ ਇੱਕ ਬਣਾਉਂਦੇ ਨੇ ਧਾਰਨਾ ਦੇ ਦੁਆਰਾ ਜਿਹੜੇ ਨਿਕਲੇ ਸਿੱਟੇ ਹੁੰਦੇ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਦਾ ਫਿਰ ਜਿਹੜੀਆਂ ਉਹਨਾਂ ਵਿਚਾਰ ਤਰ੍ਹਾਂ ਮੈਂ ਜਿਵੇਂ ਕਹਿ ਸਕਦੇ ਹੋ ਤੁਸੀਂ ਉਹ ਫਿਰ ਉਹਰੇ thro ਕੀ ਕਰਦਾ ਹੈ ਗਵਾ ਉਹਨਾਂ ਦੇ ਇੱਕ ਸਿੱਟੇ ਜਿਹੜੇ ਨਿਕਲਦੇ ਨੇ ਉਹਨਾਂ ਨੂੰ ਫਿਰ ਕੀ ਕਰਦਾ ਹੈ ਗਵਾ ਉਸ ਦਾ ਉਹ ਵਿਸ਼ਲੇਸ਼ਣ ਕਰਦਾ ਹੈ ਗਵਾ ਕਿ ਇਹ ਜਿਹੜੇ ਸਿੱਟੇ ਕੱਢੇ ਆ ਮੈਂ ਸਹੀ ਕੱਢੇ ਆ ਜਾਂ ਨਹੀਂ ਕੱਢੇ ਹੈਗੇ ਜੇ ਇੱਕ ਨਹੀਂ ਕੱਢੇ ਉਹਨਾਂ ਨੂੰ ਫਿਰ ਤੋਂ ਜਿਹੜਾ ਹੈ ਗਵਾ ਉਹ ਇੱਕ ਕੱਢਣ ਦੀ ਕੋਸ਼ਿਸ਼ ਕਰਦਾ ਮਤਲਬ ਚੀਜ਼ਾਂ ਜਿਹੜੀਆਂ ਗਿਆ ਨੇ ਉਹ ਸਹੀ ਵੇਦ ਵਿੱਚ ਅੱਗੇ ਲੈ ਕੇ ਜ਼ਰੂਰ ਹੋ ਜਾਂਦਾ ਹੈ ਗਵਾ ਫਿਰ ਜਿਹੜੇ ਨਵੇਂ ਵੇਰਵੇ ਆਉਂਦੇ ਨੇ ਉਹਨਾਂ ਦੇ ਅਧਿਨ ਸਿੱਟਿਆਂ ਦੀ ਜਿਹੜੀ ਪਰਖਪਟ ਚੋਲ ਕਰਦਾ ਗਵਾ ਹੁਣ ਕਈ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ ਜਿਹੜੀਆਂ ਸੜਕੋ ਪਹਿਲੋਂ ਹੈ ਉਹ ਹੁਣ ਅਗਰ ਨਵੀਆਂ ਆ ਰਹੀਆਂ ਨੇ ਤੁਸੀਂ ਮੰਨ ਲਓ ਕੋਈ ਚੀਜ਼ ਕਰਦੇ ਪਏ ਹੋ ਕੁਝ ਖੋਜ ਪੜਤਾਲੇ ਕਰਦੇ ਪਏ ਹੋ ਕੁਝ ਨਵੀਆਂ ਚੀਜ਼ਾਂ ਆ ਚੁੱਕੀਆਂ ਤੁਸੀਂ ਕੀ ਕਰੋਗੇ ਉਹਨਾਂ ਦੇ ਅਧੀਨ ਵਾਚ ਕੇ ਵੇਖੋਗੇ ਕਿ ਇਹ ਚੀਜ਼ ਇਸ ਦੇ ਅਧੀਨ ਫਿੱਟ ਬੈਠਦੀ ਹੈ ਜਾਂ ਨਹੀਂ ਸੋ ਕੀ ਗੱਲ ਨਵੇਂ ਵੇਰਵੇ ਅਧੀਨ ਕੀ ਕਰਦਾ ਹੈ ਗਵਾ ਉਹ ਇਸ ਦੀ ਪਰਖ ਪੜਚੋਲ ਕਰਦਾ ਹੈ ਗਵਾ ਸੋ ਇਹਨਾਂ ਨੇ ਇਤਿਹਾਸ ਕਰਦੀ ਜਿਹੜੀ ਕਾਰਜ ਵਿਧੀ ਹੈ ਨਾ ਕਿ ਇਤਿਹਾਸ ਕਰ ਕਿਵੇਂ ਕੰਮ ਕਰਦਾ ਹੈ ਗਵਾ ਉਸ ਦੇ ਬਾਰੇ ਗੱਲ ਕਰਦੀ ਹੈ ਕੀਤੀ ਗਿਆ ਪਹਿਲਾਂ ਤੱਥ ਲੱਭਦਾ ਉਸ ਦੀ ਖੋਜ ਪੜਤਾਲ ਕਰਦਾ ਫਿਰ ਵਿਆਖਿਆਵਾ ਬਣਾਉਂਦਾ ਗਵਾ ਉਹਨਾਂ ਦੇ ਆਧਾਰ ਤੇ ਉੱਤੇ ਧਾਰਨਾਵਾ ਬਣੁੰਦੀਆਂ ਨੇ ਧਾਰਨਾਵਾ ਤੋਂ ਫਿਰ ਸਿੱਟੇ ਨਿਕਲਦੇ ਨੇ ਸਿੱਟਿਆਂ ਦੀ ਪਰਚੋਲ ਕਰਦਾ ਗਵਾ ਜਿਹੜੇ ਨਵੇਂ ਸੜਕੋ ਵੇਰਵੇ ਮਿਲਦੇ ਨੇ ਉਹਨਾਂ ਦੇ ਅਦੀ ਅੱਗੇ ਆਿੰਦਾ ਇਹ ਗੱਲ ਹੈ ਇਸ ਦੇ ਵਿੱਚ ਇਤਿਹਾਸਕਾਰ ਜਿਹੜਾ ਹੁੰਦਾ ਹੈ ਨਾ ਉਹ ਨੀਮਾ ਦਾ ਪ੍ਰਯੋਗ ਤੱਥਾਂ ਦੀ ਵਿਆਖਿਆ ਲਈ ਕਰਦਾ ਹੈ ਆ ਯਾਦ ਰੱਖਿਓ ਜਿਣੀ ਗੱਲਾਂ ਇੱਥੇ ਦੱਸੀਆਂ ਗਈਆਂ ਨੇ ਇਹ ਬੜੀਆਂ ਘੁਮਾ ਫਿਰਾ ਕੇ ਤੁਹਾਡ ਕੋਲ ਕੁਐਸਚਨ ਦੇ ਵਿੱਚ ਪੁੱਟ ਕੀਤੇ ਜਾਂਦੀਆਂ ਨੇ ਇਤਿਹਾਸਕਾਰ ਜਿਹੜਾ ਹੁੰਦਾ ਹੈ ਉਹ ਜਿਹੜੇ ਨਿਯਮ ਘੜਦਾ ਹੈਗਾ ਨਾ ਉਹਨਾਂ ਦਾ ਪ੍ਰਯੋਗ ਕਰਦਾ ਹੈਗਾ ਉਹ ਤੱਥਾਂ ਦੀ ਵਿਆਖਿਆ ਦੇ ਵਾਸਤੇ ਉਹ ਧਾਰਨਾਵਾਂ ਦਾ ਜਿਹੜਾ ਪ੍ਰਯੋਗ ਹੈ ਵਿਸ਼ੇਸ਼ ਤੱਥਾਂ ਉੱਪਰ ਪ੍ਰਕਾਸ਼ ਪਾਉਣ ਲਈ ਕਰਦਾ ਹੈਗਾ ਕੋਈ ਚੀਜ਼ ਦੀ ਤੁਸੀਂ ਧਾਰਨਾ ਬਣਾ ਲਈ ਕਿਉਂ ਬਣਾਈ ਕਿਉਂਕਿ ਤੁਸੀਂ ਉਹ ਜਿਹੜਾ ਤੱਤ ਹੈ ਸਿਰਫ ਉਸ ਦੇ ਉੱਤੇ ਹੀ ਪ੍ਰਕਾਸ਼ ਤੁਸੀਂ ਉਹ ਪਾਉਣਾ ਹੈ ਇਸਕਾ ਕਿ ਤੁਸੀਂ ਉਸ ਦੇ ਵਾਸਤੇ ਇਹ ਜਿਹੜੀ ਵਿਆਖਿਆ ਕੀਤੀ ਹੈ ਜਾਂ ਧਾਰਨਾ ਹੈਗੀ ਹੈ ਇਹ ਤੁਸੀਂ ਘੜੀ ਹੈ ਉਸ ਦਾ ਮਨ ਤੱਥਾਂ ਦੀ ਪੁਨਛਾਨ ਜਿਹੜਾ ਗਵਾ ਕਰਦਾ ਹੈ ਹਮੇਸ਼ਾ ਜਿਹੜੇ ਤੱਤ ਹੈ ਨਾ ਸਾਰੇ ਨਹੀਂ ਵਰਤੇ ਜਾਂਦੇ ਉਹਨਾਂ ਦੇ ਵਿੱਚੋਂ ਵੀ ਛਾਨਣਾ ਪੈਂਦਾ ਕਿਹੜਾ ਤੁਸੀਂ ਵਰਤਣਾ ਹੈ ਕਿਹੜਾ ਤੁਸੀਂ ਛੱਡਣਾ ਹੁੰਦਾ ਹੈ ਸੋ ਇਹ ਚੀਜ਼ ਸਮਝਣ ਲੱਗ ਗਈ ਕਿ ਜਿਹੜਾ ਇਤਿਹਾਸਕਾਰ ਹੁੰਦਾ ਹੈ ਨਾ ਉਹ ਕੀ ਕਰਦਾ ਹੈ ਗਵਾ ਤੱਥਾਂ ਦੇ ਉੱਤੇ ਗੱਲ ਕਰਦਾ ਹੈ ਗਵਾ ਹਮੇਸ਼ਾ ਉਸ ਦਾ ਜਿਹੜਾ ਮੰਨੇ ਗਏ ਉਹ ਵਰਗੀਕਰਨ ਦੀ ਦਿਸ਼ਾ ਦੇ ਵਿੱਚ ਚਲਦਾ ਹੈ ਵਰਗੀਕਰਨ ਮਤਲਬ ਡਿਵਾਈਡ ਕਰਕੇ ਹਰ ਇੱਕ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਲੱਭਣ ਦੀ ਕੋਸ਼ਿਸ਼ ਕਰਦਾ ਹੈ ਗਵਾ ਤੇਰੀ ਜਿਹੜੀ ਵਿਧੀ ਹੈ ਉਹ ਕਾਰਜ ਵਿਧੀ ਉਹਰੇ ਵੀ ਚਾਰ ਪਹਿਲੂ ਦੱਸੇ ਨੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਨਿਯਮ ਉਹ ਬਣਾਉਂਦਾ ਹੈ ਹਮੇਸ਼ਾ ਤੱਥਾਂ ਦੀ ਵਿਆਖਿਆ ਵਾਸਤੇ ਉਹ ਪਨ ਹੁੰਦਾ ਹੈ ਜੇਕਰ ਉਹਨੇ ਕੋਈ ਧਾਰਨਾ ਘੜੀ ਹੈ ਮਤਲਬ ਕਿ ਉਹਨੇ ਕੋਈ ਵਿਸ਼ੇਸ਼ ਜਿਹੜਾ ਤੱਤ ਹੈ ਉਸਤੇ ਉੱਤੇ ਧਿਆਨ ਦੇਵਣ ਵਾਸਤੇ ਹੀ ਇਹ ਜਿਹੜੀ ਧਾਰਨਾ ਘੜੀ ਹੈ ਇਹ ਘੜੀ ਹੈ ਤੇ ਹਮੇਸ਼ਾ ਜਿਹੜਾ ਉਸ ਦਾ ਮਨ ਹੁੰਦਾ ਹੈ ਨਾ ਉਹ ਪੁਣਛਾਣ ਦੇ ਤਰੀਕੇ ਦੇ ਉੱਤੇ ਹੀ ਚੱਲਦਾ ਹੈ ਗਵਾ ਅੱਗੇ ਆਇਂਦਾ ਗਵਾ ਕਿ ਇਤਿਹਾਸਕਾਰੀ ਵਿੱਚ ਚੋਣ ਵੀ ਪਹੁੰਚ ਵੀ ਤੀ ਮਤਲਬ ਕੋਈ ਇੱਕ ਪਹੁੰਚ ਵਿਧੀ ਲੈ ਕੇ ਹੀ ਤੁਸੀਂ ਅੱਗੇ ਚਲਦੇ ਗਏ ਹੋ ਠੀਕ ਹੈ ਸੋ ਪ੍ਰਕਿਰਤੀਆਂ ਮਨੁੱਖੀ ਵਰਤਾਰੇ ਦੇ ਅਧਿਐਨ ਲਈ ਪਹੁੰਚ ਵਿਧੀ ਦਾ ਪ੍ਰਯੋਗ ਕਰਨਾ ਪੈਂਦਾ ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਕਹਿ ਸਕਦੇ ਉਸ ਦਾ ਪਰਚੋਲ ਕਰਦੇ ਹਾਂ ਹਮੇਸ਼ਾ ਸਾਨੂੰ ਕੋਈ ਨਾ ਕੋਈ ਇੱਕ ਸਾਧਨ ਜ਼ਰੂਰ ਚਾਹੀਦਾ ਕਰ ਸੋ ਵਿਧੀ ਇਸ ਦੇ ਵਿੱਚ ਅਸੀਂ ਲੈ ਲੈਣੇ ਆ ਕਿ ਮਨੁੱਖੀ ਵਰਤਾਰੇ ਜਾਂ ਪ੍ਰਕਿਰਤੀ ਦੇ ਬਾਰੇ ਅਗਰ ਕੋਈ ਅਸੀਂ ਅਧਿਐਨ ਕਰਨਾ ਹੈ ਸਾਨੂੰ ਇੱਕ ਵਿਧੀ ਜਿਵੇਂ ਖੋਜ ਦੇ ਵਿੱਚ ਵਿਧੀ ਲੈ ਕੇ ਚੱਲਦੇ ਹਾਂ ਨਾ ਜਿਸ ਦੇ ਵਿੱਚ ਵੀ ਸਾਨੂੰ ਇੱਕ ਵਿਧੀ ਲੈਣੀ ਜ਼ਰੂਰੀ ਹੁੰਦੀ ਹੈ ਕਦੇ ਸਾਰੇ ਬ੍ਰਹਿਮੰਡ ਜਿਹੜਾ ਹੁੰਦਾ ਨਾ ਅਸੀਂ ਉਸ ਨੂੰ ਇੱਕੋ ਵਿਧੀ ਦੇ ਥਰੂ ਨਹੀਂ ਦੇਖ ਸਕਦੇ ਹਰ ਇੱਕ ਚੀਜ਼ ਦੇ ਵਾਸਤੇ ਅਲੱਗ-ਅਲੱਗ ਵਿਧੀਆਂ ਬਣਾਈਆਂ ਹੋਈਆਂ ਨੇ। ਲੇਖ ਜਿਹੜਾ ਇਸ ਦੇ ਵਿੱਚ ਦਿੱਤਾ ਹੈ ਇਤਿਹਾਸ ਉੱਪਰ ਇੱਕ ਨਿਬੰਧ ਮਤਲਬ 에ਸੇ ਓਨ ਹਿਸਟਰੀ ਇਸ ਦੇ ਵਿੱਚ ਜਿਹੜੇ ਮੈਂ ਕਹਲੇ ਸੀ ਨਾ ਉਹਨਾਂ ਨੇ ਲਿਖਿਆ ਗਏ ਕਿ ਇਤਿਹਾਸਕੀ ਕਦੀ ਵੀ ਸੰਪੂਰਨ ਤੇ ਸੱਚ ਨਹੀਂ ਹੋ ਸਕਦੀ। ਮਤਲਬ ਉਹ ਜਿਹੜੇ ਅਸੀਂ ਪਿੱਛੇ ਲਿਖਿਆ ਸੀ ਵਸਤੂ ਮੁਕਤਾ ਵਾਲਾ ਤੱਤ ਉਹੋ ਚੀਜ਼ ਇਹਨਾਂ ਨੇ ਦੱਸੀ ਹੈ ਕਿ ਜਿਹੜੀ ਇਤਿਹਾਸਕੀ ਹੁੰਦੀ ਹੈ ਨਾ ਉਹ ਕਦੀ ਵੀ ਕਹਿੰਦੇ ਸੱਚ ਨਹੀਂ ਹੁੰਦੀ। ਲੇਖਕ ਜਿਹੜਾ ਹੁੰਦਾ ਹੈ ਨਾ ਉਹਨੂੰ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਜਿਹੜੀ ਹੁੰਦੀ ਹੈ ਨਾ ਉਹ ਇੱਕ ਰਿਕਾਰਡ ਕਰਕੇ ਰੱਖਣੀ ਚਾਹੀਦੀ ਹੈ ਕਿਤੇ ਕਿਸਤੀ ਵੀ ਵਰਤੋ ਕਰ ਸਕਦਾ گا۔ ਜੇਕਰ ਉਹ ਨਹੀਂ ਰਿਕਾਰਡ ਕਰਦਾ ਨਾ ਤਾਂ ਉਹ ਚੀਜ਼ ਉਸਕੋ ਛੁੱਟ ਸਕਦੀ ਹੈ। ਕਮੀ ਉਸਦੀ ਉੱਥੇ ਹੀ ਉਸਨੂੰ ਜਿਹੜੀ ਰਹਿ ਜਾਏਗੀ। ਇਤਿਹਾਸਕਾਰੀ ਦਾ ਲੱਛਣ ਹੈ ਕਿ ਇਸ ਵਿੱਚ ਜਿਹੜੇ ਵਰਤੇ ਜਾਏ ਜਾਤ ਹੁੰਦੇ ਨੇ ਜਾਂ ਜਿਹੜੀਆਂ ਇਸ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ ਨਾ ਆਪਣੇ ਆਪ ਦੇ ਵਿੱਚ ਡਿਸਕੋਸ ਦੀ ਸਜਣਾ ਨਹੀਂ ਕਰਤੀ। ਇਹ ਇਤਿਹਾਸਕਾਰ ਦੀ ਸੋਚ ਤੇ ਨਿਰਭਰ ਕਰਦਾ ਹੈਗਾ ਜਿਹੜੇ ਤੱਥ ਹੈ ਘਟਨਾਵਾਂ ਜੋ ਵੀ ਬੀਤੀਆਂ ਦੀਆਂ ਨਾ ਇਹ ਇਤਿਹਾਸਕਾਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਲਿਖੇ ਇਤਿਹਾਸ ਪਿਕ ਐਂਡ ਚੂਜ਼ ਤੇ ਉੱਤੇ ਕੰਮ ਕਰਦਾ ਹੈਗਾ ਇਤਿਹਾਸ ਜਿਹੜਾ ਹੁੰਦਾ ਹੈ ਨਾ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਵਰਤਦਾ ਜਿਹੜੇ ਇਤਿਹਾਸਕਾਰ ਹੁੰਦੇ ਨੇ ਉਸ ਦੇ ਸਾਹਮਣੇ ਉਹ ਹੀ ਆਗੇ ਜਿਹੜੇ ਅਸੀਂ ਪਿੱਛੇ ਰਿਪੀਟ ਕੀਤੀ ਹੈ ਲਾਈਨ ਕਿ ਬਹੁਤ ਸਾਰੇ ਤੱਤ ਹੁੰਦੇ ਨੇ ਕੁਝ ਤੱਥ ਉਸ ਨੂੰ ਜਿਹੜੇ ਲੈ ਕੇ ਚੱਲਨੇ ਪੈਂਦੇ ਨੇ ਕੁਝ ਨੂੰ ਤੱਥ ਛੱਡਨੇ ਪੈਂਦੇ ਨੇ ਜਿਹੜੇ ਇੰਪੋਰਟੈਂਟ ਨਹੀਂ ਹੁੰਦੇਗੇ ਕੁਝ ਲੈਣਾ ਤੇ ਕੁਝ ਛੱਡਣਾ ਬੈਰਕ ਲੋ ਦੇ ਮੁਤਾਬਕ ਜਿਹੜਾ ਇਤਿਹਾਸ ਹੁੰਦਾ ਹੈ ਉਸ ਦੀ ਵਸਤੂ ਮੁਕਤਾ ਜਿਹੜੀ ਹੁੰਦੀ ਹੈ ਨਾ ਉਹ ਤੱਥਾਂ ਦੀ ਵਸਤੂ ਮੁਕਤਾ ਨਹੀਂ ਹੁੰਦੀ ਜਿਹੜਾ ਇਤਿਹਾਸ ਵਿੱਚ ਦੱਸਿਆ ਹੈ ਵਾ ਕਿ ਹਰ ਇੱਕ ਚੀਜ਼ ਸੱਚ-ਸੱਚ ਦੱਸਣੀ ਹੈ ਉਹ ਤੱਥਾਂ ਨੂੰ ਸੱਚ-ਸੱਚ ਕਰਕੇ ਦੱਸਣ ਦੇ ਉੱਤੇ ਇਹ ਨਹੀਂ ਚੱਲਦਾ ਬਲਕਿ ਸਬੰਧਾ ਦੀ ਹੈ ਤੱਥਾਂ ਅਤੇ ਵਿਆਖਿਆ ਵਿਚਲਾ ਜਿਹੜਾ ਸਬੰਧ ਹੈ ਨਾ ਉਹ ਭੂਤ ਵਰਤਮਾਨ ਤੇ ਭਵਿੱਖ ਦੇ ਵਿੱਚ ਚੱਲਦਾ ਹੈ। ਸੋ ਜਿਹੜੀ ਵਸਤੂ ਮੁਕਤਾ ਜਿਹੜੀ ਚਲਦੀ ਗਈ ਹੈ ਨਾ ਇਹ ਵਸਤੂ ਮੁਕਤਾ ਸਬੰਧਾ ਦੀ ਹੁੰਦੀ ਹੈ। ਕਿਸ ਦੇ ਸਬੰਧਾ ਦੀ ਹੁੰਦੀ ਹੈ? ਤੱਥਾਂ ਤੇ ਵਿਆਖਿਆ ਦੇ। ਤੇ ਇਹ ਜਿਹੜੇ ਇਹਨਾਂ ਦੇ ਸਬੰਧ ਹੁੰਨੇ ਨੇ ਤੱਥ ਤੇ ਵਿਆਖਿਆ ਦੇ ਇਹ ਭੂਤ, ਵਰਤਮਾਨ ਤੇ ਭਵਿੱਖ ਦੇ ਉੱਤੇ ਡਿਪੈਂਡ ਕਰਦੇਗੇ। ਨੈਕਸਟ ਅਗੇ ਇਸ ਦੇ ਵਿੱਚ ਦੱਸਿਆ ਹੈ ਵਾ ਨੀਮਾ ਤੇ ਤੱਥਾ ਦਰਮਿਆਨ ਹੁਣ ਸੰਬੰਧ ਕੀ ਹੁੰਦਾ ਹੈ ਸੋ ਘਟਨਾ ਦੇ ਕਹਿੰਦੇ ਨਿਰੰਤਰ ਵਾਪਰਨ ਤੇ ਇੱਕ ਨਿਯਮ ਬਣ ਜਾਂਦਾ ਪਹਿਲੋਂ ਨਿਯਮ ਕੀ ਗੈਸ ਸੀ ਸਭ ਤੋਂ ਪਹਿਲੇ ਪੜਾਂਗੇ ਕੋਈ ਚੀਜ਼ ਰਿਪੀਟ ਹੁੰਦੀ ਜਾਂਦੀ ਹੈ ਠੀਕ ਹੈ ਉਹ ਕੀ ਬਣ ਜਾਂਦਾ ਹੈ ਤੇ ਇੱਕ ਨਿਯਮ ਬਣ ਜਾਂਦਾ ਹੈ ਵਾ ਪਰ ਇਹ ਖੋਜ ਕਰਤਾ ਪ੍ਰਤੀ ਅਰਥਪੂਰਨ ਹੈ ਨਹੀਂ ਸੋ ਅਜਿਹੇ ਨਿਯਮ ਕੰਮ ਚਲਾਉ ਸਿਧਾ ਹੁੰਦਾ ਹੈ ਇਹ ਜਿਹੜਾ ਖੋਜ ਕਰਤਾ ਜਿਹੜਾ ਖੋਜ ਕਰਤਾ ਹੁੰਦਾ ਹੈ ਨਾ ਉਸ ਦੇ ਉੱਤੇ ਡਿਪੈਂਡ ਕਰਦਾ ਹੈਗਾ ਵਾ ਨਿਯਮ ਨੂੰ ਕਿਸ ਤਰੀਕੇ ਨਾਲ ਵਰਤਦਾ ਹੈ ਇਹ ਜਿਹੜੇ ਨਿਯਮ ਹੁੰਦੇ ਆ ਨਾ ਜਸਟ ਇੱਕ ਕੰਮ ਚਲਾਉ ਚੀਜ਼ਾਂ ਹੁੰਦੀਆਂ ਨੇ ਇਹ ਪੱਕੇ ਤੌਰ ਤੇ ਉੱਤੇ ਲਾਜ਼ਮੀ ਨਹੀਂ ਹੁੰਦੀਆਂ ਜਿਹੜੇ ਨਿਯਮ ਬਣਾਏ ਜਾਂਦੇ ਨੇ ਹੁਣ ਦੇਖੋ ਕਈ ਨਿਯਮ ਅਸੀਂ ਜਦੋਂ ਵੱਡੇ ਵੱਡੇ ਸਾਇੰਟਿਸਟ ਹੁੰਦੇ ਨੇ ਉਹ ਬੜੇ ਫਾਰਮੂਲਾ ਬਣਾ ਕੇ ਚੱਲਦੇ ਗਏ ਨੇ ਤੇ ਕੀ ਹੁੰਦਾ ਹੈ ਇਹ ਜਸਟ ਇੱਕ ਸਾਧਨ ਹੁੰਦਾ ਹੈ ਕਿਸੇ ਚੀਜ਼ ਤੱਕ ਪਹੁੰਚਣ ਦਾ ਇਹਨੂੰ ਚੇਂਜ ਵੀ ਉਹ ਕਰ ਦਿੰਦੇ ਨੇ ਹਾਂ ਬਟ ਪੱਕੇ ਤੌਰ ਦੇ ਉੱਤੇ ਬਾਅਦ ਦੇ ਵਿੱਚ ਜਦੋਂ ਉਹ ਚੀਜ਼ ਦੇ ਉੱਤੇ ਪਹੁੰਚ ਜਾਂਦੇ ਨੇ ਸੋ ਇਹ ਕੀ ਹੁੰਦਾ ਹੈ ਇੱਕ ਕੰਮ ਚਲਾਉ ਸਿਧਾਂਤ ਹੁੰਦੇ ਨੇ ਜਿਹੜੇ ਕਿ ਸਟਾਰਟਿੰਗ ਦੇ ਉੱਤੇ ਵਰਤੇ ਜਾਂਦੇ ਨੇ ਅਰਜੀ ਤੌਰ ਤੇ ਉਤੇ ਸਿਰਫ ਇਸ ਦੇ ਵਿੱਚ ਕੰਮ ਕੀਤਾ ਜਾਂਦਾ ਹੈਗਾ ਵਾ ਇਸ ਨੂੰ ਅਸੀਂ ਪੱਕੇ ਤੌਰ ਤੇ ਲੈ ਕੇ ਨਹੀਂ ਚੱਲਾਂਗੇ ਇਹ ਕਿਉਂ ਹੁੰਦੇ ਨੇ ਕਮਜ਼ੋਰ ਹੁੰਦੇ ਨੇ ਤੇ ਅਜਿਹਿਆਂ ਧਾਰਨਾਵਾਂ ਦੁਆਰੇ ਬਣਾਏ ਜਾਂਦੇ ਨੇ ਜੋ ਕਿਸੇ ਵੀ ਚਾਰਤਰਾ ਦੇ ਨਿਰਮਾਣ ਦੇ ਵਿੱਚ ਆਸਾਨੀ ਨਾਲ ਵਰਤੇ ਜਾ ਸਕਦੇ ਮਤਲਬ ਕੋਈ ਫਾਰਮੂਲਾ ਲੱਲਿਆ ਉਸ ਤੋਂ ਅਸੀਂ ਇਹ ਚੀਜ਼ ਬਣਾ ਲਈ ਤੁਸੀਂ ਕੋਈ ਥਿਊਰੀ ਘੜਨੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਇਹ ਨਿਯਮ ਲੈ ਕੇ ਚੱਲੋ ਤੇ ਉਹ ਥਿਊਰੀਆਂ ਘੜੀਆਂ ਜਾ ਸਕਦੀਆਂ ਨੇ ਸੋ ਇਹ ਜਸਟ ਇੱਕ ਕਾਮ ਚ ਲਾਉ ਹੁੰਦੇ ਨੇ ਕਮਜ਼ੋਰ ਹੁੰਦੇ ਨੇ ਤਾਂ ਕਿ ਇਹ ਈਜ਼ੀ ਵਰਤੇ ਜਾ ਸਕੇ ਜਿਹੜੇ ਸਹਾਇ ਹੁੰਦੇ ਨੇ ਉਹਨਾਂ ਨੂੰ ਅਸੀਂ ਰੱਖ ਲੈਣੇ ਆ ਜਿਹੜੇ ਨਹੀਂ ਹੁੰਦੇ ਉਹ ਛੱਡ ਦਿੱਤੇ ਜਾਂਦੇ ਨੇ ਸੋ ਹਰ ਸਿਧਾਂਤ ਮਹਿਸ ਕੀ ਹੁੰਦਾ ਹੈ ਇੱਕ ਪਰਖਣ ਹੀ ਹੁੰਦਾ ਹੈ ਗਵਾ ਜਸਟ ਇਸ ਨੂੰ ਅਸੀਂ ਐਜ਼ ਅ ਟ੍ਰਿਕ ਲੈ ਕੇ ਚੱਲਦੇ ਆ ਕਿ ਟ੍ਰਿਕ ਵਰਤਨੀ ਆ ਉੱਥੇ ਤੱਕ ਪਹੁੰਚਣਾ ਹੈ ਜਿਹੜੀ ਚੱਲ ਗਈ ਚੱਲ ਗਈ ਉਹਨੂੰ ਰੱਖ ਲੈ ਜਿਹੜਾ ਨਹੀਂ ਤੋਂ ਉਹਨੂੰ ਛੱਡ ਦਿੱਤਾ ਤਾਂ ਇਸ ਦੇ ਵਿੱਚ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕੀਤੀ ਗਈ ਹੈ ਜੋ ਮਨੁੱਖੀ ਮਨ ਦੀ ਘੜਤ ਹੁੰਦਾ ਹੈ ਇਹ ਕਿ ਨਵਾਂ ਨਿੱਜੀ ਵਿਸ਼ਵਾਸ ਸਿਧਾਂਤ ਅਤੇ ਨਿਮਾ ਦੁਆਰਾ ਬਣਾਏ ਜਾਂਦੇ ਨੇ ਇਹ ਜਿਹੜੇ ਤੱਥ ਹੁੰਦੇ ਨੇ ਮਤਲਬ ਕਿਸੇ ਦਾ ਪਰਸਨਲ ਇੱਕ ਵਿਸ਼ਵਾਸ ਹੋ ਗਿਆ ਕਿ ਅਗਰ ਮੈਂ ਇਸ ਤਰ੍ਹਾਂ ਕਰਾਂਗੀ ਤੇ ਇਹ ਚੀਜ਼ ਹੋਏਗੀ ਸਿਧਾਂਤ ਘੜੇ ਜਾਂਦੇ ਨੇ ਤੇ ਤੱਥ ਹੁੰਦੇ ਨੇ ਇਹ ਪੱਕੀਆਂ ਕਰਦੀਆਂ ਨੇ ਇਨ੍ਹਾਂ ਚੀਜ਼ਾਂ ਨੂੰ ਸਿਧਾਂਤਾਂ ਦਾ ਕਾਰਜ ਕੀ ਹੁੰਦਾ ਹੈ ਤੱਥਾਂ ਦੀ ਵਿਆਖਿਆ ਕਰਨਾ ਹੁੰਦਾ ਹੈ ਜੇ ਸਿਧਾਂਤ ਬਦਲਣ ਤਾਂ ਤੱਤ ਵੀ ਬਦਲਣਗੇ ਜਿਹੜੇ ਸਿਧਾਂਤ ਘੜੇ ਹੁੰਦੇ ਨਾ ਉਹ ਤੱਥਨ ਦੇ தੱਤ ਦੀ ਵਿਆਖਿਆ ਵਸਤੁੰਦੇ ਜੇ ਇੱਕ ਸਿਧਾਂਤ ਚੇਂਜ ਹੋਏ ਤੱਤ ਵੀ ਚੇਂਜ ਹੋ ਜਾਣਗੇ ਸਿਧਾਂਤ ਤੇ ਬਦਲਦੇ ਹੀ ਰਹਿੰਦੇ ਨੇ ਇਸ ਕਰਕੇ ਤੱਤ ਵੀ ਬਦਲਦੇ ਹੀ ਰਹਿਣਗੇ ਸੋ ਇਹ ਮਨੁੱਖੀ ਜ਼ਰੂਰਤ ਜ਼ਰੂਰਤ ਦੀ ਕਾਰਨ ਹੁੰਦੀ ਹੈ ਇਹ ਵੀ ਕਿਉਂ ਹੁੰਦਾ ਨੇ ਡਿਪੈਂਡ ਕਰਦੇ ਨੇ ਕਿ ਪਰਸਨ ਦੇ ਉੱਤੇ ਪਰ ਜਦੋਂ ਇਹ ਮੰਜ਼ਿਲ ਬਣ ਜਾਣ ਤਾਂ ਮਾਧਿਅਮ ਨਾ ਰਹਿ ਕੇ ਇਹ ਮੰਤਵ ਦੇ ਵਿੱਚ ਰੁਕਾਵਟ ਬਣਦੇ ਨੇ ਮਤਲਬ ਕਹਿ ਸਕਦੇ ਹੋ ਕਿ ਜਦੋਂ ਇਹ ਸੜਕੋ ਜਿਹੜੇ ਤਾਤ ਹੁੰਦੇ ਨੇ ਇਹ ਕੀ ਕਰ ਸਕਦੇਗੇ ਨੇ ਕਿ ਕਿਸੇ ਚੀਜ਼ ਤੱਕ ਪਹੁੰਚਣ ਦੇ ਵਿੱਚ ਇਹ ਮੁਸ਼ਕਲ ਵੀ ਪੈਦਾ ਕਰ ਸਕਦੇਗੇ ਨੇ ਕਿਉਂਕਿ ਇਹਨਾਂ ਨੂੰ ਅਸੀਂ ਇੱਕ ਪੱਕੇ ਤੌਰ ਤੇ ਰੱਖ ਸਕਦੇ ਹਾਂ ਪਿੱਛੇ ਅਸੀਂ ਨਹੀਂ ਸੀ ਇਹ ਅਸੀਂ ਰੱਖ ਸਕਦੇ ਹਾਂ ਠੀਕ ਹੈ ਅੱਗੇ ਆਇੰਦੇ ਸੜਕੋ ਇਤਿਹਾਸ ਅਤੇ ਯੁੱਗੋ ਬਹੁਤ ਜਿਹੜਾ ਸਾਡਾ ਲਾਸਟ ਟਾਪਿਕ ਹੈ ਸੋ ਇਤਿਹਾਸ ਤੇ ਯੁਗਬੋਧ ਕਿਹਾ ਗਵਾ ਕਿ ਜਿਹੜਾ ਇਤਿਹਾਸਕਾਰ ਹੁੰਦਾ ਹੈ ਜਿਹੜਾ ਇਤਿਹਾਸਕਾਰੀ ਦਾ ਕਾਰਜ ਕਰਦਾ ਹੈ ਗਵਾ ਕਿੰਦੇ ਉਹਨੂੰ ਯੁੱਗ ਦਾ ਬੋਧ ਹੋਣਾ ਚਾਹੀਦਾ ਹੈ ਜੇਕਰ ਮਤਲਬ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਕਿਸ ਤਰੀਕੇ ਦਾ ਸੀ ਕਿਵੇਂ ਇੱਥੇ ਇਹ ਚੀਜ਼ਾਂ ਹੋਈਆਂ ਟਾਈਮ ਇਸ ਦਾ ਕਿੱਥੋਂ ਤੋਂ ਕਿੱਥੋਂ ਤੱਕ ਗਿਆ ਹੈ ਸੋ ਇਹਨੂੰ ਕਿਉਂਕਿ ਇਤਿਹਾਸਕਾਰੀ ਇਹਦੇ ਵਿੱਚ ਚੀਜ਼ਾਂ ਮੈਂਸ਼ਨ ਹੋਣੀ ਹੈ ਬਹੁਤ ਜ਼ਰੂਰੀ ਇਹਨੂੰ ਪਤਾ ਹੋਣਾ ਚਾਹੀਦਾ ਹੈ ਗਵਾ ਜੇਕਰ ਇਹ ਨਹੀਂ ਤਾਂ ਪਰਸਨ ਜਿਹੜਾ ਗਵਾ ਸਹੀ ਇਤਿਹਾਸਕਾਰੀ ਨਹੀਂ ਕਰ ਸਕਦਾ ਸੋ ਇਤਿਹਾਸ ਦਾ ਗਿਆਨ ਹੋਣਾ ਜ਼ਰੂਰੀ ਹੈ ਇਤਿਹਾਸਕਾਰੀ ਦਾ ਕੰਮ ਇਹ ਕਹਿੰਦੇ ਇੱਕ ਯੁੱਗ ਤੋਂ ਦੂਜੇ ਯੁੱਗ ਤੱਕ ਕੀ ਗਵਾ ਬਦਲਦਾ ਰਹਿੰਦਾ ਹੈ ਗਵਾ ਸਵੇਤ ਅਸਿਆ ਸੀ ਉਹਨਾਂ ਨੇ ਇਤਿਹਾਸ ਤੇ ਇਤਿਹਾਸਕਾਰੀ ਦੇ ਬਾਰੇ ਕਿ ਕੀ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਇਤਿਹਾਸ ਕਿਵੇਂ ਇੱਕ ਹੈਲਪਫੁਲ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਪੜਿਆ ਸੀ ਕਿ ਵਸਤੂ ਮੁਕਤ ਦੁੱਤ ਜ਼ੋਰ ਦਿੰਦਾ ਹੈ ਕਿ ਇਤਿਹਾਸਕਾਰੀ ਦੇ ਵਿੱਚ ਹਰ ਇੱਕ ਸੱਚ ਸੱਚ ਦੱਸਣਾ ਚਾਹੀਦਾ ਹੈ ਬਟ ਕੀ ਕਹਿੰਦੇ ਗਏ ਨੇ ਕਿ ਹਰ ਇੱਕ ਚੀਜ਼ ਸੱਚੀ ਨਹੀਂ ਦੱਸੀ ਜਾ ਸਕਦੀ ਪਰਸਨ ਜਿਹੜਾ ਗਵਾ ਉਸ ਉੱਤੇ ਦਬਾਅ ਹੁੰਦਾ ਹੈ ਤੋਂ ਆਪਣੀਆਂ ਨਿੱਜੀ ਮਨੁਭਾਵ ਇਹਨਾਂ ਦੇ ਥਰੂ ਵੀ ਚੀਜ਼ਾਂ ਜਿਹੜੀਆਂ ਹੈਗਾ ਮੈਂ ਚੇਂਜ ਕਰ ਸਕਦਾ ਹੈ ਗਵਾ ਇਸ ਤੋਂ ਇਲਾਵਾ ਗਿਆਨ ਦੀ ਸਪੇਕਤਾ ਦੇ ਬਾਰੇ ਇੱਥੇ ਗੱਲ ਕੀਤਾ ਗਿਆ ਹੈ ਗਵਾ ਕਿ ਇਹਦੇ ਵਿੱਚ ਇਹ ਦੱਸਿਆ ਗਵਾ ਕਿ ਜਿਹੜਾ ਸੜਕੋ ਇੱਕ ਪਰਸਨ ਹੈ ਜਿਹੜਾ ਇਤਿਹਾਸ ਕਰਿਆ ਜਦੋਂ ਕਿਸੇ ਚੀਜ਼ ਦੇ ਬਾਰੇ ਗੱਲ ਕਰਦਾ ਹੈ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਉਹ ਕਿਹੜੀ ਸਥਿਤੀ ਦੇ ਵਿੱਚ ਰਹਿ ਕੇ ਚੀਜ਼ਾਂ ਦੇ ਬਾਰੇ ਗੱਲ ਕਰਤਾ ਪਿਆ ਗਵਾ ਤਾਂ ਹੀ ਸਾਨੂੰ ਗਿਆਨ ਦੇ ਬਾਰੇ ਇੱਕ ਚਾਨਣਾ ਹੋਏਗਾ ਇਸ ਤੋਂ ਇਲਾਵਾ ਵਿਸ਼ਲੇਸ਼ਣ ਤੇ ਵਰਗੀਕਰਨ ਦੇ ਉੱਤੇ ਜਿਹੜਾ ਹੈਗਾ ਵਾ ਸਾਡਾ ਇਤਿਹਾਸ ਚਲਦਾ ਹੈ ਹਰ ਇੱਕ ਚੀਜ਼ ਨੂੰ ਅਸੀਂ ਵਰਗੀਕਰਨ ਕਰਕੇ ਵੰਡ ਕੇ ਹਰ ਇੱਕ ਚੀਜ਼ ਦੇ ਬਾਰੇ ਦੇਖਦੇ ਹਾਂ ਤਾਂ ਹੀ ਅਸੀਂ ਜਿਹੜੇ ਯਥਾਰਥ ਤੱਕ ਜਿਹੜਾ ਪਹੁੰਚ ਸਕਦੇ ਹਾਂ ਕਾਰਜ ਵਿਧੀ ਨੂੰ ਉਹਨਾਂ ਨੇ ਡਿਵਾਈਡ ਕੀਤਾ ਚਾਰ ਪਾਰਟਸ ਦੇ ਵਿੱਚ ਅੱਗੇ ਇਸ ਦੇ ਵਿੱਚ ਇਹਨਾਂ ਨੇ ਦਿੱਤਾ ਵਾ ਇੱਕ ਪਹੁੰਚ ਵਿਧੀ ਲੈ ਕੇ ਸਾਨੂੰ ਚੱਲਣਾ ਚਾਹੀਦਾ ਹੈ ਤਾਂ ਹੀ ਹਰ ਇੱਕ ਚੀਜ਼ ਅਸੀਂ ਸੈਪਰੇਟ ਜੜੀ ਗਿਆ ਵਿਸ਼ਲੇਸ਼ਣ ਕਰ ਸਕਾਂਗੇ ਜੇਕਰ ਹਰ ਇੱਕ ਚੀਜ਼ ਨੂੰ ਅਸੀਂ ਇੱਕੋ ਵਿਧੀ ਦੇ ਵਿੱਚ ਨਹੀਂ ਸਮਝ ਸਕਦੇ ਸਮਝ ਸਕਦੇ ਇਸ ਤੋਂ ਇਲਾਵਾ ਨਿਯਮਾਂ ਤੇ ਤੱਥਾਂ ਦੇ ਬਾਰੇ ਗੱਲ ਕੀਤੀ ਹੈ ਕਿ ਦੋਨਾਂ ਦੇ ਵਿੱਚ ਘਰ ਕਿਵੇਂ ਰਿਲੇਸ਼ਨ ਹੁੰਦਾ ਹੈ ਨਿਯਮ ਜਿਹੜੇ ਹੁੰਦੇ ਨੇ ਉਹ ਇੱਕ ਪਰਮਾਨੈਂਟ ਨਹੀਂ ਹੁੰਦੇ ਟੈਂਪਰੇਰੀ ਹੁੰਦੇ ਨੇ ਤਾਂ ਤੇ ਜਿਹੜੇ ਗਏ ਨੇ ਉਹ ਜਦੋਂ ਪਰਮਾਨੈਂਟ ਬਣ ਜਾਂਦੇ ਨੇ ਤਾਂ ਮੰਜ਼ਿਲ ਦੇ ਵਿੱਚ ਉਹ ਰੁਕਾਵਟ ਬਣਦੇ ਨੇ ਤੇ ਲਾਸਟ ਦੇ ਉੱਤੇ ਇਸ ਦੇ ਵਿੱਚ ਦੱਸਿਆ ਇਤਿਹਾਸ ਤੇ ਯੁੱਗ ਬੋਧ ਦੇਾਰੇ ਗੱਲ ਕੀਤੀ ਗਈ ਹੈ ਕਿ ਇਤਿਹਾਸਕਾਰ ਜਿਹੜਾ ਹੁੰਦਾ ਹੈ ਨਾ ਉਹ ਇਤਿਹਾਸਕੀ ਦੇ ਬਾਰੇ ਜਦੋਂ ਗੱਲ ਕਰਦਾ ਤਾਂ ਉਹਨੂੰ ਆਪਣੇ ਇਤਿਹਾਸ ਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਤਾਂ ਹੀ ਉਹ ਇਤਿਹਾਸਕੀ ਅੱਛੀ ਕਰ ਸਕੇ ਸੋ ਇਹ ਟੌਪਿਕ ਸੀ ਸਤਲਾਵਾਸੀ ਨੈਕਸਟ ਹੁਣ ਇਤਿਹਾਸ ਕਰੀ ਦੇ ਉੱਤੇ ਚੱਲਾਂਗੇ ਤੋਂ ਉਸ ਦੇ ਵਿੱਚ ਜਿਹੜੀਆਂ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਆਣ ਗਿਆ ਉਹਨਾਂ ਦੇ ਬਾਰੇ ਪੜਾਂਗੇ ਸੋ ਬਾਕੀ ਵੀਡੀਓ ਦੇਖਦੇ ਰਹੋ ਤੇ ਜਿਨ੍ਹਾਂ ਨੇ ਬੈਚ ਕੋਰਸ ਜੁਆਇਨ ਕਰਨਾ ਹੋਏਗਾ ਅੱਜ ਤੇ ਕੱਲ ਦਾ ਟਾਈਮ ਹੈ ਕੱਲ ਸ਼ਾਮ ਤੋਂ ਕਲਾਸੇ ਸ਼ੁਰੂ ਹੋ ਜਾਣਗੀਆਂ ਤੇ ਜਿਨ੍ਹਾਂ ਜਿਨ੍ਹਾਂ ਲੈਣਾ ਹੋਏਗਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਵੀਡੀਓ ਲਾਈਕ ਸ਼ੂ ਕਰਿਓ ਓਕੇ ਜੀ ਥੈਂਕ ਯੂ